सिख कौम है ये मर्द मुजाहद धन धन साहिब श्री गुरु गोबिंद सिंह पातशाह की पैदा की, गुरु नानक साहब सच्चे पातशाह की जड़ी है वह प्रज्वलित की, शेरां दी कौम है। इस बार श्री अमृतसर साहब के आस पास सरकार ने बहुत वड्डा घेरा कत्या। सरकार भी मनती है कि शेरां दी कौम है, क्योंकि शेरां नूं काबू करन वास्ते वड्डे वड्डे पिंजरे जिहड़े ने जां वड्डियां वड्डियां दीवारां खड़ियां कीतियां जांदियां, गिदड़ां नूं रोकण वास्ते पिंजरे खड़े करन दी जरूरत नहीं पैंदी सरकारां नूं। पुछिया वी इन्ने सुरक्षा घेरे क्यों, कहिंदे जी सिखां दी सुरक्षा वास्ते। ਉਹ ਸਿੱਖਾਂ ਨੂੰ ਸੁਰੱਖਿਆ ਦੀ ਲੋੜ ਨਹੀਂ ਹੈ, ਸ਼ੇਰਾਂ ਨੂੰ ਸੁਰੱਖਿਆ ਦੀ ਲੋੜ ਨਹੀਂ ਹੈ। ਹਾਂ, ਸ਼ੇਰਾਂ ਤੋਂ ਸੁਰੱਖਿਆ ਦੀ ਲੋੜ ਹੈ, ਤੇ ਤੁਸੀਂ ਸ਼ੇਰਾਂ ਤੋਂ ਸੁਰੱਖਿਅਤ ਕਰਨ ਵਾਸਤੇ ਇਹ ਜਿਹੜੇ ਸੁਰੱਖਿਆ ਦਸਤੇ ਜਾਂ ਸੁਰੱਖਿਆ ਦੀਵਾਰਾਂ ਜਿਹੜੀਆਂ ਨੇ ਬਣਾਈਆਂ ਨੇ ਇਹ ਸਾਨੂੰ ਦਿਸ ਰਹੀਆਂ ਨੇ। ਤੇ ਸ਼ੇਰ ਜਿਹੜਾ ਹੈ, ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪੈਦਾ ਕੀਤਾ ਖਾਲਸਾ ਹੈ, ਉਹ ਕਿਸੇ ਤੇ ਨਹੱਕਾ ਹਮਲਾ ਨਹੀਂ ਕਰਦਾ, ਕਿਸੇ ਤੇ ਬੇਵਜ੍ਹਾ ਜਿਹੜਾ ਹੈ ਆਪਣਾ ਪੰਜਾ ਨਹੀਂ ਮਾਰਦਾ, ਬੇਵਜ੍ਹਾ ਜਿਹੜਾ ਹੈ ਉਹ ਕਿਸੇ ਵੱਲ ਦਹਾੜਦਾ ਨਹੀਂ ਹੈ। ਹਾਂ, ਕੋਈ ਸਟੇਟ ਦਾ ਭੇਜਿਆ ਜਿਹੜਾ ਭੇਖੀ ਜਿਹੜਾ ਹੈ ਨਕਲੀ ਦਾੜੀ ਕੇਸ ਲਾ ਕੇ ਭਾਵਾਂ ਕੋਈ ਜ਼ੁਲਮ ਕਰ ਜੇ, ਭਾਵਾਂ ਕੋਈ ਕਿਸੇ ਤੇ ਜ਼ਬਰ ਕਰ ਜੇ, ਪਰ ਜਿਹੜਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਸਿੱਖ ਹੈ ਉਹ ਕਦੇ ਵੀ ਜ਼ੁਲਮ ਵੱਲ, ਜਿਹੜਾ ਜ਼ੁਲਮ ਰੋਕਦਾ ਜ਼ਰੂਰ ਹੈ ਲੇਕਿਨ ਜ਼ੁਲਮ ਨਹੀਂ ਕਰਦਾ। ਮੈਂ ਸਿੱਖ ਸੰਸਥਾਵਾਂ ਨੂੰ ਇਹ ਕਹਿਣਾ ਚਾਹਾਂਗਾ ਕਿ ਅੱਜ ਜ਼ਰੂਰਤ ਆ ਗਈ ਹੈ, ਜਿਵੇਂ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਖਡੂਰ ਸਾਹਿਬ ਦੀ ਧਰਤੀ ਦੇ ਉੱਤੇ ਮੱਲ ਅਖਾੜੇ ਕਾਇਮ ਕੀਤੇ ਸੀ, ਅੱਜ ਗੱਤਕਾ ਅਕੈਡਮੀਆਂ ਤੇ ਗੱਤਕੇ ਅਖਾੜੇ ਜਿਹੜੇ ਨੇ ਸਾਡੀਆਂ ਸੰਸਥਾਵਾਂ ਗੁਰਦੁਆਰਾ ਸਾਹਿਬਾਨ ਦੇ ਅੰਦਰ ਕਾਇਮ ਕਰਨ, ਔਰ ਮਾਡਰਨ ਜਿਹੜੇ ਨੇ ਸ਼ਸਤਰ ਅਭਿਆਸ ਦੇ ਕੇਂਦਰ ਜਿਹਨੂੰ ਸ਼ੂਟਿੰਗ ਰੇਂਜਾਂ ਕਹਿੰਦੇ ਨੇ ਉਹ ਵੀ ਕਾਇਮ ਕੀਤੀਆਂ ਜਾਣ, ਕੋਈ ਹਰਜ ਨਹੀਂ ਹੈ ਸਾਧ ਸੰਗਤ 'ਚ। ਜਿਹੜੇ ਦੂਸਰੇ ਲੋਕ ਹੈ ਉਹ ਲੁਕ ਛਿਪ ਕੇ ਜਿਹੜੇ ਹੈ ਆਪਣੇ ਲੋਕਾਂ ਨੂੰ ਹਥਿਆਰਾਂ ਦੀ ਟ੍ਰੇਨਿੰਗ ਦੇ ਰਹੇ ਹੈ, ਸ਼ਸਤਰਾਂ ਦੀ ਟ੍ਰੇਨਿੰਗ ਦੇ ਰਹੇ ਹੈ, ਅਸੀਂ ਲੁਕ ਛਿਪ ਕੇ ਨਹੀਂ ਦੇਵਾਂਗੇ, ਅਸੀਂ ਸ਼ਰੇਆਮ ਦੇਵਾਂਗੇ, ਖੁੱਲ੍ਹੇਆਮ ਦੇਵਾਂਗੇ। ਅੱਜ ਵਕਤ ਆ ਗਿਆ ਅਸੀਂ ਇਕੱਠੇ ਹੋਈਏ, ਅਸੀਂ ਆਪਣੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾ ਕੇ ਸ਼ਸਤਰ ਅਭਿਆਸ ਵਾਲੇ ਪਾਸੇ ਲਾਈਏ, ਬਾਣੀ ਦੇ ਅਧਿਐਨ ਵਾਲੇ ਪਾਸੇ ਲਾਈਏ, ਔਰ ਵਿੱਦਿਆ ਦੇ ਲਈ ਉਹਨਾਂ ਨੂੰ ਇੰਨਾ ਪ੍ਰਵੀਨ ਕਰ ਦਈਏ ਕਿ ਸਾਡੇ ਸਿੱਖ ਨੌਜਵਾਨ ਜਿਹੜੇ ਮੁਲਕ ਦੇ ਵਿੱਚ ਵੀ ਜਾਣ, ਯਹੂਦੀਆਂ ਵਾਂਗੂ ਉਹਨਾਂ ਦੀ ਇਕੋਨਮੀ ਨੂੰ ਜਿਹੜਾ ਹੈ ਉਹ ਕਾਬੂ। ਸਿੱਖ ਕੌਮ ਹੈ ਇਹ ਮਰਦ ਮੁਜ਼ਾਹਦ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਪੈਦਾ ਕੀਤੀ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਜਿਹੜੀ ਹੈ ਉਹ ਪ੍ਰਜਵਲਿਤ ਕੀਤੀ, ਸ਼ੇਰਾਂ ਦੀ ਕੌਮ ਹੈ। ਇਸ ਵਾਰ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਆਸ ਪਾਸ ਸਰਕਾਰ ਨੇ ਬਹੁਤ ਵੱਡਾ ਘੇਰਾ ਕੱਤਿਆ। ਸਰਕਾਰ ਵੀ ਮੰਨਦੀ ਹੈ ਕਿ ਇਹ ਸ਼ੇਰਾਂ ਦੀ ਕੌਮ ਹੈ, ਕਿਉਂਕਿ ਸ਼ੇਰਾਂ ਨੂੰ ਕਾਬੂ ਕਰਨ ਵਾਸਤੇ ਵੱਡੇ ਵੱਡੇ ਪਿੰਜਰੇ ਜਿਹੜੇ ਨੇ ਜਾਂ ਵੱਡੀਆਂ ਵੱਡੀਆਂ ਦੀਵਾਰਾਂ ਖੜੀਆਂ ਕੀਤੀਆਂ ਜਾਂਦੀਆਂ, ਗਿੱਦੜਾਂ ਨੂੰ ਰੋਕਣ ਵਾਸਤੇ ਪਿੰਜਰੇ ਖੜੇ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਸਰਕਾਰਾਂ ਨੂੰ। ਪੁੱਛਿਆ ਵੀ ਇੰਨੇ ਸੁਰੱਖਿਆ ਘੇਰੇ ਕਿਉਂ, ਕਹਿੰਦੇ ਜੀ ਸਿੱਖਾਂ ਦੀ ਸੁਰੱਖਿਆ ਵਾਸਤੇ। ਉਹ ਸਿੱਖਾਂ ਨੂੰ ਸੁਰੱਖਿਆ ਦੀ ਲੋੜ ਨਹੀਂ ਹੈ, ਸ਼ੇਰਾਂ ਨੂੰ ਸੁਰੱਖਿਆ ਦੀ ਲੋੜ ਨਹੀਂ ਹੈ। ਹਾਂ, ਸ਼ੇਰਾਂ ਤੋਂ ਸੁਰੱਖਿਆ ਦੀ ਲੋੜ ਹੈ, ਤੇ ਤੁਸੀਂ ਸ਼ੇਰਾਂ ਤੋਂ ਸੁਰੱਖਿਅਤ ਕਰਨ ਵਾਸਤੇ ਇਹ ਜਿਹੜੇ ਸੁਰੱਖਿਆ ਦਸਤੇ ਜਾਂ ਸੁਰੱਖਿਆ ਦੀਵਾਰਾਂ ਜਿਹੜੀਆਂ ਨੇ ਬਣਾਈਆਂ ਨੇ ਇਹ ਸਾਨੂੰ ਦਿਸ ਰਹੀਆਂ ਨੇ। ਤੇ ਸ਼ੇਰ ਜਿਹੜਾ ਹੈ, ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪੈਦਾ ਕੀਤਾ ਖਾਲਸਾ ਹੈ, ਉਹ ਕਿਸੇ ਤੇ ਨਹੱਕਾ ਹਮਲਾ ਨਹੀਂ ਕਰਦਾ, ਕਿਸੇ ਤੇ ਬੇਵਜ੍ਹਾ ਜਿਹੜਾ ਹੈ ਆਪਣਾ ਪੰਜਾ ਨਹੀਂ ਮਾਰਦਾ, ਬੇਵਜ੍ਹਾ ਜਿਹੜਾ ਹੈ ਉਹ ਕਿਸੇ ਵੱਲ ਦਹਾੜਦਾ ਨਹੀਂ ਹੈ। ਹਾਂ, ਕੋਈ ਸਟੇਟ ਦਾ ਭੇਜਿਆ ਜਿਹੜਾ ਭੇਖੀ ਜਿਹੜਾ ਹੈ ਨਕਲੀ ਦਾੜੀ ਕੇਸ ਲਾ ਕੇ ਭਾਵਾਂ ਕੋਈ ਜ਼ੁਲਮ ਕਰ ਜੇ, ਭਾਵਾਂ ਕੋਈ ਕਿਸੇ ਤੇ ਜ਼ਬਰ ਕਰ ਜੇ, ਪਰ ਜਿਹੜਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਸਿੱਖ ਹੈ ਉਹ ਕਦੇ ਵੀ ਜ਼ੁਲਮ ਵੱਲ, ਜਿਹੜਾ ਜ਼ੁਲਮ ਰੋਕਦਾ ਜ਼ਰੂਰ ਹੈ ਲੇਕਿਨ ਜ਼ੁਲਮ ਨਹੀਂ ਕਰਦਾ। ਮੈਂ ਸਿੱਖ ਸੰਸਥਾਵਾਂ ਨੂੰ ਇਹ ਕਹਿਣਾ ਚਾਹਾਂਗਾ ਕਿ ਅੱਜ ਜ਼ਰੂਰਤ ਆ ਗਈ ਹੈ, ਜਿਵੇਂ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਖਡੂਰ ਸਾਹਿਬ ਦੀ ਧਰਤੀ ਦੇ ਉੱਤੇ ਮੱਲ ਅਖਾੜੇ ਕਾਇਮ ਕੀਤੇ ਸੀ, ਅੱਜ ਗੱਤਕਾ ਅਕੈਡਮੀਆਂ ਤੇ ਗੱਤਕੇ ਅਖਾੜੇ ਜਿਹੜੇ ਨੇ ਸਾਡੀਆਂ ਸੰਸਥਾਵਾਂ ਗੁਰਦੁਆਰਾ ਸਾਹਿਬਾਨ ਦੇ ਅੰਦਰ ਕਾਇਮ ਕਰਨ, ਔਰ ਮਾਡਰਨ ਜਿਹੜੇ ਨੇ ਸ਼ਸਤਰ ਅਭਿਆਸ ਦੇ ਕੇਂਦਰ ਜਿਹਨੂੰ ਸ਼ੂਟਿੰਗ ਰੇਂਜਾਂ ਕਹਿੰਦੇ ਨੇ ਉਹ ਵੀ ਕਾਇਮ ਕੀਤੀਆਂ ਜਾਣ, ਕੋਈ ਹਰਜ ਨਹੀਂ ਹੈ ਸਾਧ ਸੰਗਤ 'ਚ। ਜਿਹੜੇ ਦੂਸਰੇ ਲੋਕ ਹੈ ਉਹ ਲੁਕ ਛਿਪ ਕੇ ਜਿਹੜੇ ਹੈ ਆਪਣੇ ਲੋਕਾਂ ਨੂੰ ਹਥਿਆਰਾਂ ਦੀ ਟ੍ਰੇਨਿੰਗ ਦੇ ਰਹੇ ਹੈ, ਸ਼ਸਤਰਾਂ ਦੀ ਟ੍ਰੇਨਿੰਗ ਦੇ ਰਹੇ ਹੈ, ਅਸੀਂ ਲੁਕ ਛਿਪ ਕੇ ਨਹੀਂ ਦੇਵਾਂਗੇ, ਅਸੀਂ ਸ਼ਰੇਆਮ ਦੇਵਾਂਗੇ, ਖੁੱਲ੍ਹੇਆਮ ਦੇਵਾਂਗੇ। ਅੱਜ ਵਕਤ ਆ ਗਿਆ ਅਸੀਂ ਇਕੱਠੇ ਹੋਈਏ, ਅਸੀਂ ਆਪਣੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾ ਕੇ ਸ਼ਸਤਰ ਅਭਿਆਸ ਵਾਲੇ ਪਾਸੇ ਲਾਈਏ,
ਬਾਣੀ ਦੇ ਅਧਿਐਨ ਵਾਲੇ ਪਾਸੇ ਲਾਈਏ ਔਰ ਵਿੱਦਿਆ ਦੇ ਲਈ ਉਹਨਾਂ ਨੂੰ ਇੰਨਾ ਪ੍ਰਵੀਨ ਕਰ ਦਈਏ ਕਿ ਸਾਡੇ ਸਿੱਖ ਨੌਜਵਾਨ ਜਿਹੜੇ ਮੁਲਕ ਦੇ ਵਿੱਚ ਵੀ ਜਾਣ ਯਹੂਦੀਆਂ ਵਾਂਗੂ ਉਹਨਾਂ ਦੀ ਇਕਨੋਮੀ ਨੂੰ ਜਿਹੜਾ ਹੈ ਉਹ